ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਗੁਰਾਇਆਂ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਸਟੀਫਨ ਕਲੇਰ, ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਬਲਾਕ ਪ੍ਰਧਾਨ ਸੰਜੇ ਅਟਵਾਲ ਸਮੇਤ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਵੱਖ ਵੱਖ ਮਹਿਕਮੇ ਦੇ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਇਸ ਕੈਂਪ ਦਾ ਲਾਹਾ ਲਿਆ ਗਿਆ ਅਤੇ ਆਪਣੇ ਕੰਮ ਕਰਵਾਏ ਗਏ। ਇਸ ਦੌਰਾਨ ਜਿੱਥੇ ਆਪਣਾ ਕੰਮ ਕਰਵਾਉਣ ਆਏ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਹੀ ਲੋਕ ਸਭਾ ਦੇ ਹਲਕਾ ਇੰਚਾਰਜ ਅਸ਼ਵਨੀ ਅਗਰਵਾਲ, ਜ਼ਿਲ੍ਹਾ ਜਲੰਧਰ ਦੇ ਦਿਹਾਤੀ ਪ੍ਰਧਾਨ ਸਟੀਫਨ ਕਲੇਰ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਲੋਕ ਪੂਰੇ ਸੂਬੇ ਵਿੱਚ ਲਾਹਾ ਲੈ ਰਹੇ ਨੇ, ਜਿਨ੍ਹਾਂ ਨੂੰ ਦਫ਼ਤਰਾਂ ਵਿੱਚ ਜਾ ਕੇ ਧੱਕੇ ਖਾਣੇ ਪੈਂਦੇ ਸਨ। ਹੁਣ ਸਰਕਾਰ ਉਹਨਾਂ ਸੁਵਿਧਾਵਾਂ ਨੂੰ ਉਹਨਾਂ ਦੇ ਮਹੱਲਿਆਂ ਪਿੰਡਾਂ ਵਿੱਚ ਜਾ ਕੇ ਦੇ ਰਹੀ ਹੈ ਅਤੇ ਨਾਲ ਹੀ ਨਾਲ ਸਰਟੀਫਿਕੇਟ ਵੀ ਜਾਰੀ ਕਰ ਰਹੀ ਹੈ। ਹਲਕਾ ਵਿਧਾਨ ਸਭਾ ਫਲੌਰ ਦੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜਿਹੜੇ ਹੈਗੇ ਆ, ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਕੈਂਪੇ ਦੇ ਲਗਾਏ ਜਾ ਰਹੇ ਆ। ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵਾਰਡ ਨੰਬਰ 5 ਅਤੇ 6 ਦਾ ਕੈਂਪ ਜਿਹੜਾ ਚੱਲ ਰਿਹਾ ਆ, ਸਾਰੇ ਸਾਡੇ ਜਿਹੜੇ ਹੈਗੇ ਆ ਅਧਿਕਾਰੀ ਕਰ ਰਹੇ ਆ, ਬਹੁਤ ਹੀ ਸਪੋਰਟ ਕਰ ਰਹੇ ਆ। ਸਾਡੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਟੀਫਨ ਜੀ, ਉਹ ਵੀ ਇਸ ਕੈਂਪ ਦੇ ਵਿੱਚ ਸ਼ਿਰਕਤ ਕੀਤੀ ਆ। ਸਾਡੇ ਬਲਾਕ ਪ੍ਰਧਾਨ ਸੰਜੇ ਅਗਰਵਾਲ ਜੀ, ਸੀਓ ਪਰਮਿੰਦਰ ਪਾਲ ਸਿੰਘ, ਸਾਡੇ ਦਰਜਾ ਲੀਡਰ ਸਾਹਿਬਾਨ ਜਿਹੜੇ ਹੈਗੇ ਆ, ਜਿਸ ਕੈਂਪ ਦੇ ਵਿੱਚ ਸ਼ੋਭਤ ਆ। ਮੈਂ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਕੈਂਪਾਂ ਰਾਹੀਂ ਇਹ ਕੈਂਪ ਜਿਹੜੇ ਹੈਗੇ ਆ, ਘਰ ਦੀਆਂ ਬੂਹਾਂ ਤੱਕ, ਘਰ ਦੀਆਂ ਤਰੀਕਾਂ ਤੱਕ ਜਾ ਕੇ ਜਿਹੜੇ ਹੈਗੇ ਆ, ਉਹ ਸਹੂਲਤ ਦੇ ਰਹੇ ਆ ਸਾਡੇ ਅਧਿਕਾਰੀ ਹਨ। ਤੁਸੀਂ ਦੇਖੋ ਜਿਹੜਾ ਬੱਚੀ ਦਾ ਸਰਟੀਫਿਕੇਟ ਜਿਹੜਾ ਸੀ ਅਪਲਾਈ ਕੀਤਾ ਸੀ ਬੈਕਵਰਡ ਕਲਾਸ ਦਾ, ਇਹਦਾ ਨਾਮ ਹੈਗਾ ਪ੍ਰਭਜੀਤ ਕੌਰ, ਜਿਹਨੇ ਇਹਨੂੰ ਸਰਟੀਫਿਕੇਟ ਜਿਹੜਾ ਹੈਗਾ ਆ ਉਹ 10-15 ਮਿੰਟਾਂ ਦੇ ਵਿੱਚ ਮਿਲ ਗਿਆ ਹੈਗਾ। ਜਦੋਂ ਕਿ ਇਹ ਪਹਿਲਾਂ ਸਰਟੀਫਿਕੇਟ ਬਣਾਇਆ ਸੀਗਾ 2 ਸਾਲ ਤੋਂ ਪਹਿਲਾਂ, ਤਾਂ ਇਹਨੂੰ ਜਿਹੜਾ ਸੀ 10 ਦਿਨ, ਹਫ਼ਤਾ 10 ਦਿਨ ਜਿਹੜੇ ਸੀ ਉਹ ਲੱਗੇ ਸੀ। ਸਮੇਂ ਦੀ ਬੱਚਤ ਹੋ ਰਹੀ ਆ, ਬੱਚਿਆਂ ਨੂੰ ਜਿਹੜਾ ਹੈਗਾ ਘਰ ਘਰ ਜਾ ਕੇ ਜਿਹੜੇ ਸਰਟੀਫਿਕੇਟ ਮੁਹੱਈਆ ਕਰਾ ਰਹੇ ਹਨ, ਜਿਹੜੀਆਂ ਵੀ ਸਕੀਮਾਂ ਉਹਨਾਂ 'ਤੇ ਕੰਮ ਹੋ ਰਿਹਾ ਆ। ਸੋ ਸੂਬੇ ਦੇ ਮੁੱਖ ਮੰਤਰੀ ਇਹ ਦਾਅਵਾ ਕਰਦੇ ਹਨ, ਹੋਰਾਂ ਦੀ ਅਗਵਾਈ ਦੇ ਵਿੱਚ ਸੂਬੇ ਦੇ ਵਿਕਾਸ ਲਈ, ਲੋਕਾਂ ਦੇ ਕੰਮਾਂ ਲਈ, ਲੋਕਾਂ ਦੀ ਸੇਵਾ ਦੇ ਲਈ ਜਿਹੜੇ ਕੈਂਪ ਲੱਗ ਰਹੇ ਆ, ਜਿਨ੍ਹਾਂ ਦੇ ਵਿੱਚ ਵੱਧ ਤੋਂ ਵੱਧ ਆਉਣ ਦੇ ਲੋਕ ਸੁਣਨਾ ਲੈਣ ਔਰ ਇਹਨਾਂ ਕੈਂਪਾਂ ਦਾ ਜਿਹੜਾ ਹੈਗਾ ਸਾਥ ਦੇ। ਬਹੁਤ ਧੰਨਵਾਦ। ਮੇਰਾ ਨਾਮ ਪ੍ਰਭਜੀਤ ਕੌਰ ਆ ਅਤੇ ਮੈਂ ਇੱਥੋਂ ਕਿਰਾਇਆ ਦੀ ਰਹਿਣ ਵਾਲੀ ਹਾਂ, ਅਤੇ ਮੇਰਾ ਬੀ ਸੀ ਦਾ ਸਰਟੀਫਿਕੇਟ ਸੀਗਾ ਬੀ ਸੀ ਕਲਾਸ ਦਾ, ਅਤੇ ਜਿਹੜਾ ਕਿ ਅੱਜ ਮੈਨੂੰ ਇੱਥੇ ਹੁਣੇ ਤੁਰੰਤ ਮਿਲ ਗਿਆ 10 ਮਿੰਟਾਂ ਦੇ ਵਿੱਚ। ਪਹਿਲਾਂ ਵੀ ਤੁਸੀਂ ਅਪਲਾਈ ਕੀਤਾ ਜਿਵੇਂ ਦੱਸ ਰਹੇ ਆ, ਉਦੋਂ ਕਿੰਨਾ ਟਾਈਮ ਲੱਗਾ ਸੀਗਾ ਤੇ ਅੱਜ ਕੈਂਪ ਲੱਗਾ, ਕਿੰਨਾ ਕੁ ਬੈਨੀਫਿਟ ਹੋਇਆ ਤੁਹਾਨੂੰ ਅੱਜ? ਪਹਿਲਾਂ ਜਦੋਂ ਮੈਂ ਅਪਲਾਈ ਕੀਤਾ ਸੀਗਾ, ਪਹਿਲਾਂ 10 ਦਿਨ ਜਾਂ ਹਫ਼ਤਾ ਮੈਨੂੰ ਲੱਗ ਗਿਆ ਸੀਗਾ ਮਿਲਣ ਦੇ ਲਈ ਸਰਟੀਫਿਕੇਟ, ਪਰ ਹੁਣ ਮੈਂ ਮਾਰਨਿੰਗ ਆਈ ਸੀ ਤੇ ਹੁਣ ਮੈਨੂੰ ਪੈਰ ਤੱਕ ਮਿਲ ਗਿਆ। ਜਿਹੜੇ ਇਹ ਕੈਂਪ ਲੱਗ ਰਹੇ ਆ, ਸਰਕਾਰ ਤੁਹਾਡੇ ਦੁਆਰ ਜਿਹੜਾ ਮੁਹਿੰਮ ਜਿਹੜੀ ਚਲਾਈ ਗਈ ਹੈ, ਤੁਹਾਨੂੰ ਕੀ ਲੱਗਦਾ ਕਿੰਨਾ ਕੁ ਫਾਇਦਾ ਲੋਕਾਂ ਨੂੰ ਇੱਦਾਂ ਦੇ ਕੈਂਪ ਲੱਗਣੇ ਚਾਹੀਦੇ ਆ, ਕਿੰਨਾ ਕੁ ਬੈਨੀਫਿਟ ਹੋ ਰਿਹਾ ਲੋਕਾਂ ਨੂੰ? ਜ਼ਰੂਰ ਲੱਗਣੇ ਚਾਹੀਦੇ ਆ, ਕਿਉਂਕਿ ਸਾਰਿਆਂ ਨੂੰ ਬੈਨੀਫਿਟ ਹੀ ਆਏ, ਤਾਂ ਸਾਰਿਆਂ ਦੇ ਲਈ ਬਹੁਤ ਵਧੀਆ ਆਇਆ।